ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਆਪਣੇ ਸ਼ੌਂਕੀ ਡੇਅਰੀ ਫਾਰਮਰ ਦੇ। ਅਤੇ ਆਪਾਂ ਮੱਝ ਦਾ ਰੇਟ ਪੁੱਛਿਆ ਸੀ, ਕਹਿੰਦੇ ਵੀ 1,10,000 ਆ, ਕਹਿੰਦੇ ਵੀ 15 ਕਿਲੋ ਦੁੱਧ ਹੈਗਾ। ਆਰਡਰ ਤੁਸੀਂ ਬਾਕੀ ਵੀਡੀਓ ਵਿੱਚ ਦੇ ਸਕਦੇ ਹੋ। ਅਤੇ ਸੇਲ ਹੋ ਗਈ ਹਰਿਆਣਾ ਦੀ ਮੱਝ ਆ ਵੀ। ਇਹ ਦੇਖੋ ਬਾਈ ਯਾਰ, ਘੱਟੋ ਘੱਟ ਵਿਚਾਰੇ ਦਾ ਪਤਾ ਦਿੰਦੇ, ਇਹਦੀ ਮਿੱਟੀ ਪਲੀਤਾ ਨਾ ਕਰਦੇ, ਕਿਉਂਕਿ ਵਿਚਾਰਾ ਕਿਵੇਂ ਪਿਆ ਗਾ, ਮਰਨ ਤੋਂ ਬਾਅਦ ਇੱਥੇ ਛੱਡ ਜਾਂਦੇ। ਅਤੇ ਮਾੜੀ ਗੱਲ ਆ ਭਰਾ, ਥੋੜ੍ਹਾ ਜਿਹਾ ਧਿਆਨ ਰੱਖਿਆ ਕਰਨ, ਜੇ ਆਪਾਂ ਨੇ ਰਿਸਪੈਕਟ ਕਰਾਂਗੇ ਆਪਣਾ ਧੰਦਾ ਹੈਗਾ, ਅਤੇ ਆਪਾਂ ਨੂੰ ਚੰਗਾ ਚੀਜ਼ਾਂ ਦਿੰਦਾ ਅਤੇ ਆਪਣੀ ਵੀ ਫਿਰ ਰਿਸਪੈਕਟ ਕਰੂਗਾ। ਜੇ ਆਪਣਾ ਨਾਲ ਧੱਕਾ ਕਰਾਂਗੇ ਤਾਂ ਫਿਰ ਆਪਣੇ ਨਾਲ ਵੀ ਧੱਕਾ ਹੋ ਹੀ ਜਾਂਦਾ ਹੁੰਦਾ ਹੈਗਾ। ਉਹ ਕਹਿੰਦੇ ਹੱਥ ਨੂੰ ਹੱਥ ਹੁੰਦੇ ਹੈਗੇ, ਜੇ ਇੱਕ ਹੱਥ ਦੇਵਾਂਗੇ ਦੂਜੇ ਹੱਥ ਦੇਣਾ ਆਪਾਂ ਨੂੰ ਪੈਣਾ ਹੀ ਪੈਣਾ ਹੈਗਾ। ਅਤੇ ਅੱਗੇ ਦੇਖ ਮੱਝਾਂ ਪੂਰੇ ਚੰਗੇ ਹੈਗੇ, ਪਾ ਵੀਡੀਓ ਵੀ ਦਿਖਾਉਂਦੇ ਹਾਂ ਤੁਹਾਨੂੰ, ਐਂ ਪੂਰਾ ਮਾਹੌਲ ਬਣਿਆ ਵਾ ਪੂਰਾ ਵਧਗਾ। ਅਤੇ ਗਰਮੀ ਜ਼ਿਆਦਾ ਹੋਣ ਕਰਕੇ ਸੱਤ ਵੀ ਬਾਹਲਾ ਨਹੀਂ ਬੋਲਿਆ ਜਾਂਦਾ, ਅਤੇ ਜਿੰਨਾ ਵੀ ਬੋਲ ਸਕਿਆ ਜਾਂ ਮੱਝ ਦੇ ਰੇਟ ਬਾਰੇ ਦੱਸਾਂਗੇ ਜ਼ਰੂਰ। ਅੱਗੇ ਚੱਲ ਕੇ ਮੈਂ ਇੱਥੇ ਅਕਸਰ ਹੀ ਮੱਝਾਂ ਬਹੁਤ ਜ਼ਿਆਦਾ ਹੁੰਦੀਆਂ ਸੀਗੀਆਂ, ਅੱਜ ਥੋੜ੍ਹਾ ਮਹਿੰਗੀਆਂ ਘੱਟ ਹੈਗੀਆਂ। ਅਤੇ ਇੱਕ ਸਪੈਸ਼ਲ ਨਿਸ਼ਾਨੀ ਆ ਆਪਣੀ ਮੰਡੀ ਦੀ ਵੀ, ਇੱਥੇ ਨਿੰਮ ਹੈਗਾ, ਨਿੰਮ ਥੱਲੇ ਬਹੁਤ ਪਸੰਦ ਹੁੰਦੇ ਹੈਗੇ, ਅਤੇ ਨਿੰਮ ਦਾ ਡਾਣਾ ਵੀ ਬਚਾ ਕੇ ਲੱਗੇ, ਇਹਦੇ ਨਾਲ ਬਹੁਤ ਮੱਝਾਂ ਬੰਨੀਆਂ ਹੁੰਦੀਆਂ ਸੀ। ਅਤੇ ਆਹ ਨੀਲੀ ਰਾਵੀ ਦੀ ਮੱਝ ਆ ਬਾਈ, ਇਹਦੇ ਬਾਰੇ ਆਪਾਂ ਰੇਟ ਵੀ ਇਹਦਾ ਵੀ ਗੱਲ ਕੀਤੀ ਸੀ। ਇਹ ਥਾਣਾ ਦੇ ਉੱਪਰ ਬਹੁਤ ਹੀ ਚੰਗਾ ਲੱਗਿਆ ਹੋਇਆ ਹੈਗਾ ਮੱਝ, ਬਹੁਤ ਹੀ ਇਹ ਧਰਤੀ ਨੂੰ ਪੂਛ ਛੂੰਦੀ ਹੈ, ਅਤੇ ਕਈ ਵੱਡੇ ਬਜ਼ੁਰਗਾਂ ਦਾ ਕਹਿਣਾ ਵੀ ਚੰਗੀ ਹੁੰਦੀ ਹੈ, ਜਿਹੜੀ ਧਰਤੀ ਨੂੰ ਪੂਛ ਛੂਦੀ ਹੈਗੀ। ਅਤੇ ਮੱਝੇ ਪਹਿਲੇ ਬਹਿ ਚੁੱਕੀ ਹੈਗੀ, ਅਤੇ ਇਹਦਾ ਰੇਟ ਪੁੱਛਿਆ ਸੀ ਬਾਈ, ਕਹਿੰਦਾ ਕਹਿੰਦਾ 95,000 ਅਤੇ ਕਹਿੰਦਾ 14 ਕਿਲੋ ਦੁੱਧ ਹੈਗਾ। ਅੱਗੇ ਚੱਲ ਕੇ ਤੁਹਾਨੂੰ ਹੋਰ ਵੀ ਆਪਾਂ ਵਧੀਆ ਵਧੀਆ ਮੱਝਾਂ ਦਿਖਾਉਣੇ ਹੈਗੇ, ਦੇਖ ਸਕਦੇ ਹੋ। ਅਤੇ ਮੱਝਾਂ ਦੇ ਵਿੱਚ ਆਹ ਮੱਝ ਹੈਗੀ ਬਹੁਤ ਚੰਗੀ ਹੈਗੀ, ਅਤੇ ਡਰਦੀ ਵੀ ਹੈਗੀ ਹੈਗੀ, ਤਾਂ ਥੋੜ੍ਹਾ ਜਿਹਾ ਅਸੀਂ ਨੇੜੇ ਨਹੀਂ ਹੁੰਦੇ ਮੱਝ ਦੇ, ਮੱਝ ਦਾ ਕੋਈ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਬੰਦੇ ਉੱਪਰ ਚੜ੍ਹ ਜੇ ਜਾਂ ਗੁੱਸੇ 'ਚ ਆ ਜੇ, ਹੈ ਨਾ, ਅਗਰੈਸਿਵ ਹੋ ਜਾਂਦੇ ਜ਼ਿਆਦਾ ਦੇਖ ਕੇ। ਇਹ ਦੇਖੋ ਬਹੁਤ ਚੰਗੀ ਮੱਝ ਹੈਗੀ, ਇੱਕ ਜਿਹਦੇ 'ਚ ਆਪਾਂ ਖਾਸੀਅਤ ਕਹਿ ਸਕਦੇ ਹਾਂ ਵੀ ਇਹਦੇ ਬਾਕੀ ਸਾਰੀਆਂ ਮੱਝਾਂ ਦੇ ਟਾਈਟ ਲੇਵੇ ਆ, ਏਕੜ ਲੱਗੇ ਹੋ ਸਕਦੇ, ਮੱਝ ਦੇ ਏਕੜ ਨਹੀਂ ਲੱਗੇਗਾ, ਢਿੱਲਾ ਪਿਆ ਲੇਵਾ, ਜਾਂ ਉਹਦੇ ਕਰਕੇ ਵੀ ਜਿੰਨਾ ਕੁ ਦੁੱਧ ਹੈਗਾ ਉਹਦੇ ਥਣਾਂ ਦੇ ਵਿੱਚ ਹੈਗਾ। ਅਤੇ ਆ ਨੀਲੀ ਰਾਵੀ ਦੀ ਮੱਝ ਇੱਕ ਹੋਰ ਆ ਬਾਈ, ਤਾਂ ਰੇਟ ਪੁੱਛਿਆ ਸੀਗਾ, ਤਾਂ ਕਹਿੰਦਾ ਬਾਈ ਫਾਇਦਾ ਕੋਈ ਨਹੀਂ, ਪਹਿਲੀ ਸੇਲ ਹੋ ਚੁੱਕੀ ਹੈਗੀ। ਅਤੇ ਅੱਗੇ ਚੱਲਦੇ ਹਾਂ ਆਪਾਂ, ਚੰਗੀ ਮੱਝ ਸੀਗੀ ਅਤੇ ਪੂਛ ਦੀ ਵੀ ਧਰਤੀ ਦੇ ਨੇੜੇ ਪਹੁੰਚਦੀ ਹੈ। ਆ ਰੂਸੀ ਕਦਰ ਦੇਖੋ, ਪੂਛ ਇੱਥੇ ਦਾ ਬੁਰਾ ਕੱਟਾ, ਸਪੈਸ਼ਲ ਬੁਰਾ ਕੱਟਾ ਹੈਗਾ ਮੱਝ ਦੇ ਮਗਰ। ਅਤੇ ਲਾਸਟ ਬਸ, ਆਪਾਂ ਜ਼ਿਆਦਾ ਲੰਮਾ ਲਾਈਵ ਨਹੀਂ ਕਰਦੇ ਹੁੰਦੇ ਹੈਗੇ, ਸੋਰੀ ਆਪਣਾ ਬਲੌਗ ਨਹੀਂ ਬਣਾਉਂਦੇ ਹੁੰਦੇ ਹੈਗੇ। ਆਹ ਦੇਖ ਵੀ ਮੱਝ ਦਾ ਸਰੀਰ ਦੇਖੋ ਵੀ, ਇਕੱਲੀ ਇਕੱਲੀ ਇੰਨਾ ਪਤਲਾ ਪੰਡਾ ਹੈਗਾ, ਇਕੱਲੀ ਇਕੱਲੀ ਨਾੜ ਦਿੰਦੀ ਹੈ, ਵੀਡੀਓ ਵਿੱਚ ਸ਼ੁਰੂ ਹੋਈ ਤਾਂ ਮਗਰ ਇਹਦੇ ਕੱਟਾ ਹੈਗਾ, ਅਤੇ ਦੇਖ ਸਕਦੇ ਹਾਂ ਕਿੱਥੇ ਆਰਡਰ ਵੀ ਬਹੁਤ ਚੰਗਾ ਹੈਗਾ ਵੀਡੀਓ ਦੇ ਵਿੱਚ, ਅਤੇ ਜਿੱਦਾਂ ਲਿਆਣਾ ਵਿੱਚ ਮੱਛਾਂ ਬਣੀਆਂ ਵੀ ਹੈਗੀਆਂ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਮੱਝ ਨੇ ਨਾਲ ਸੀ ਸਿੰਘ, ਅਤੇ ਇਹਦੇ ਵਿੱਚ ਕਾਂਡ ਕਰ ਦੇਣਾ ਸੀ ਫੋਨ ਦਾ ਆਪਣੇ ਦਾ ਕੈਮਰਾ ਦਾ ਸਾਫ ਸਾਫ। ਅਤੇ ਅੱਜ ਥੋੜ੍ਹਾ ਜਿਹਾ ਮੌਸਮ ਠੀਕ ਹੋ ਗਿਆ ਭਾਈ, ਆਪਣਾ ਲਾਈਵ ਵੀ ਜਾਂ ਵੀਡੀਓ ਵੀ ਸ਼ੂਟ ਹੋ ਜੂਗੀ, ਇਹ ਮੌਸਮ ਖਰਾਬ ਹੁੰਦਾ ਤਾਂ ਆਪਣੇ ਤੋਂ ਵੀ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਹੈਗਾ ਵੀਡੀਓ ਨੂੰ ਸ਼ੂਟ ਕਰਨਾ। ਵੀ ਆਪਾਂ ਹੋਰ ਤੁਹਾਨੂੰ ਦੱਸਦੇ ਹਾਂ ਵੀ ਹੁਣ ਥੋੜ੍ਹਾ ਬਹੁਤ ਮੱਝਾਂ ਹੀਟ 'ਚ ਆਉਣ ਲੱਗ ਗਈਆਂ, ਅਤੇ ਆਪਦਾ ਬਾਈ ਚੰਗੇ ਪਾਊਡਰ ਪਾ ਕੇ ਅਤੇ ਚੰਗੇ ਟੀਕਿਆਂ ਦੀ ਜੀ ਕਰਾਇਓ, ਤਾਂ ਤਾਂ ਕਰਕੇ ਬਰੀਡ ਦੇ ਵਿੱਚ ਆਪਣੇ ਵਿੱਚ ਚੰਗਾ ਹੋ ਸਕੇ। ਆਹ ਦੇਖੋ 5-5 ਚੌਥੇ ਸੂਏ ਮੱਝ ਹੈਗੀ, ਥਾਣ ਲੇਵਾ ਦੇਖੋ ਬਹੁਤ ਹੀ ਚੰਗਾ ਲੱਗਿਆ ਹੋਇਆ, ਕੁਆਲਿਟੀ ਦੇਖੋ ਬਾਈ ਹੈ ਨਹੀਂ ਸੀ, ਇਹਦੇ ਨਾਲ ਪੱਕਾ ਗੱਲ ਕਰਾਉਂਦੇ ਹੀਟ ਸਿਰਸ ਦੇਖ ਲਾ, ਇੰਨੀ ਗਰਮੀ ਮੱਝ ਮਾਨਦੇ ਨੇ ਦੇਵੀ ਮਾਨੀ ਬੈਠੀ ਹੈਗੀ। ਅਤੇ ਦੇਖੋ ਮੂੰਹ ਬਾਕੀ ਦੇਖੋ ਪੂਰੇ ਵੱਡੇ ਸਟਰਕਚਰ ਦੀ ਹੈਗੀ, ਅਤੇ ਹੀਮੇਲ ਕਾਫ ਨੂੰ ਜਨਮ ਦਿੱਤਾ ਹੈਗਾ। ਅੱਗੇ ਚੱਲਦੇ ਚੱਲਦੇ ਆਪਾਂ ਸਾਨੂੰ ਹੋਰ ਵੀ ਚੰਗੀਆਂ ਚੰਗੀਆਂ ਮੱਝਾਂ ਚੰਗੀ ਚੰਗੀ ਬਰੀਡ ਦੀਆਂ, ਬਰੀਡ ਦਾ ਮਤਲਬ ਮੋਹਰਾ ਅਤੇ ਨੀਲੀ ਰਾਵੀ ਹੁੰਦੀ ਆਪਣੇ ਜ਼ਿਆਦਾਤਰ, ਪਰ ਫਿਰ ਵੀ ਉਹਨਾਂ ਦੇ ਵਿੱਚ ਵੀ ਕੁਆਲਿਟੀ ਹੁੰਦੀ ਹੈ। ਜਿਵੇਂ ਦੇਖੋ ਅੱਜ ਨੀਲੀ ਰਾਵੀ ਦੀਆਂ ਕਾਫੀ ਮੱਝਾਂ ਵੇਖਣ ਨੂੰ ਮਿਲੀਆਂ, ਅਤੇ ਚੰਗੀ ਹੈ ਪੂਰੀ। ਅਤੇ ਆਹ ਦੇਖ ਲਓ ਪੂਰੇ ਰੰਗ ਦੀ ਮੱਝ ਆ, ਲੋਕਾਂ ਦੀ ਬਹੁਤ ਡਿਮਾਂਡ ਆ ਪੂਰੇ ਰੰਗ ਦੀ ਮੱਝ ਦੀ, ਅਤੇ ਇੱਕ ਵੀ ਆਰਡਰ ਉੱਡਰ ਬਹੁਤ ਚੰਗਾ ਲੱਗਿਆ ਹੋਇਆ ਹੈਗਾ। ਅਤੇ ਆਹ ਦੇਖ ਮੁੱਠੀ ਦੇ ਥਾਣਾ ਇਹਦੇ, ਅਤੇ ਦੇਖ ਸਟਾਰਟਿੰਗ ਤੋਂ ਜਮ੍ਹਾਂ ਪਿੱਛੇ ਥਾਣਾ ਮੱਝ ਦੇ, ਦੇਖੋ ਕਿੰਨਾ ਫਰਕ ਹੈਗਾ ਅੱਗੇ ਨੂੰ ਥਾਣਾ ਇਹਦੇ ਜਮ੍ਹਾਂ ਪਿੱਛੇ ਥਾਣਾ ਗੀ, ਪੂਰੀ ਚੰਗੀ ਮੱਝ ਹੈਗੀ। ਅਤੇ ਦੇਖ ਕੇ ਡਰ ਲੱਗਦਾ ਵੀ ਕਲੀਅਰ ਹੀ ਪ੍ਰੋਗਰੈਸਿਵ ਹੋ ਜਾਂਦਾ ਆਰਡਰ ਆਰਡਰ। ਆਹ ਝੋਟੀ ਹੈਗੀ ਮੀਣੇ ਮੀਣੀ ਝੋਟੀ ਹੈਗੀ, ਸੂਈ ਦਾ ਰੇਟ ਪੁੱਛਿਆ ਸੀਗਾ 85,000, ਇਹ ਕਹਿੰਦੇ 11-12 ਕਿਲੋ ਦੁੱਧ ਥੱਲੇ ਤਿਆਰ ਹੈਗਾ, ਅਤੇ 15 ਕਿਲੋ ਸੂਈ ਹੈ ਵੱਧ ਸਕਦੀ ਹੈ ਕਹਿੰਦੇ, ਪਰ ਅਸੀਂ ਗਰੰਟੀ ਨਹੀਂ ਦਿੰਦੇ ਹੈਗੇ, ਇੰਨੇ ਦੁੱਧ ਅਸੀਂ ਗਰੰਟੀ ਦੇ ਦਾਂਗੇ। ਅਤੇ ਅੱਗੇ 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 ਸਾਨੂੰ ਦਿਖਾਉਣੇ ਆ ਮੱਝਾਂ, ਇਹਦੇ ਚੰਗੇ ਲੇਵੇ ਦੀ ਹੈਗੀ, ਥਣ ਵੀ ਦੇਖ ਪੂਰੇ ਵਧੀਆ ਭਾਵੇਂ ਮਸ਼ੀਨ ਨਾਲ ਚੋਲਾ ਹੱਥ ਦੇ ਦੇਖਣ ਜਿਹਾ ਲੱਗਦਾ, ਪੋਲੀ ਹੋਵੇ ਤਾਂ ਜੀ ਕਰਦਾ ਵੀ ਮੈਨੂੰ ਚੋਲਾ, ਇੰਨੀ ਕੁ ਵਧੀਆ ਮੱਝ ਹੈਗੀ। ਅਤੇ ਪਿੰਡ ਦੇ ਵਿੱਚ ਬਸ ਆਪਾਂ ਤੁਹਾਨੂੰ ਦਿਖਾਉਣੇ ਆ ਗਏ, ਆਹ ਥੋੜ੍ਹਾ ਜਿਹਾ ਹੀ ਰਹਿ ਗਿਆ ਬਸ, ਅੱਜ ਤਾਂ ਮੱਝਾਂ ਘੱਟ ਆਈਆਂ ਗਾ, ਕੋਈ ਗਰਮੀ ਕਰਕੇ ਜਾਂ ਵੀ ਥੋੜ੍ਹਾ ਬਹੁਤਾ ਮੀਂਹ ਪੈ ਕੇ ਜਾਂ ਬਿਮਾਰੀ ਕਰਕੇ ਥੋੜ੍ਹਾ ਜਿਹਾ ਉਹ ਹੋ ਗਿਆ ਸੀਗਾ, ਤਾਂ ਫੋਨ ਵੀ ਸਾਡਾ ਸਟ੍ਰੈਸ ਲੈ ਜਾਂਦਾ ਗਾ ਵਿਚਾਰਾ।
ਮੋਕ ਮਾਰੀ ਜਾਂਦੀ ਹੈ। ਇਹ ਮੋਕ ਦਾ ਬਾਈ ਖਾਸ ਧਿਆਨ ਰੱਖਿਓ, ਇਹਦੇ ਕਾਰਨ ਕਰਕੇ ਗੱਲ ਜ਼ਿਆਦਾ ਵੱਧ ਜਾਂਦੀ ਹੈ ਕਿ ਯਾਰ ਇਹ ਹੋ ਗਿਆ ਹੈ ਨਾ, ਆਪਣਾ ਕੇਸ ਦੇਖਦੇ ਹੁੰਦੇ ਹਾਂ ਫੀਲਡ ਦੇ ਵਿੱਚ ਜਾਂਦੇ ਹਾਂ। ਇਹ ਮੋਕ ਦਾ ਖਾਸ ਧਿਆਨ ਰੱਖਿਓ, ਜਿਵੇਂ ਮੋਕ ਮਾਰ ਰਹੀ ਹੈ ਇਹਦਾ ਜਲਦੀ ਜਲਦੀ ਟ੍ਰੀਟਮੈਂਟ ਕਰਾ ਲਿਓ, ਅਤੇ ਜੇ ਨਾ ਹਟੀ ਤਾਂ ਵੀ ਟੈਸਟ ਕਰਾ ਲਓ, ਉਹਦੇ 'ਚ ਪ੍ਰੋਟੋਜੋਆ ਮਤਲਬ ਆਪਣਾ ਡੀਵਰਮਿੰਗ ਜਾਂ ਕੁਛ ਹੋਰ ਆਉਂਦਾ ਤਾਂ ਉਹ ਉਸ ਹਿਸਾਬ ਨਾਲ ਟ੍ਰੀਟਮੈਂਟ ਕਰਿਓ। ਟ੍ਰੀਟਮੈਂਟ ਯਾਰ ਤੇਰੇ ਯਾਰ ਨੇ ਬਾਹਲੀ ਬਾਹਲੀ ਪੀ ਲਈ, ਉਦੋਂ ਹੁਣ ਔਖਾ ਹੋਈ ਜਾਂਦਾ ਗਾ, ਬਾਹਲੀ ਭੱਜਦੀ ਨਹੀਂ ਗੀ, ਜੇ ਝੜ ਰਹੀ ਆ ਮਚਾ ਇਹ ਬਲੱਡ ਹੁੰਦਾ ਵੀ ਝੜ ਰਹੀ ਹੈਗੀ ਚੰਕ ਤੋਂ ਵਾਹਵਾ ਦਿਨ ਹੋ ਗਏ ਤੁਸੀਂ ਨੂੰ। ਅਤੇ ਅੱਗੇ ਜਾ ਕੇ ਆਪਾਂ ਤੁਹਾਨੂੰ ਗਰਮੀ ਦਿਖਾਉਣੇ ਆਗੇ, ਅਤੇ ਉਹ ਜ਼ਿਆਦਾ ਚਿੱਚੜ ਕਿੰਨੇ ਲੱਗੇ ਹੋਏ ਭਾਈ, ਇਹਨਾਂ ਦਾ ਖਾਸ ਧਿਆਨ ਰੱਖਿਆ ਕਰੋ ਯਾਰ, ਮੁੜ ਕੇ ਪ੍ਰੋਟੋਜੋਆ ਡਿਸੀਜ਼ ਹੋ ਜਾਂਦੀ ਹੈਗੀ, ਅਤੇ ਸਪੈਸ਼ਲ ਹੋ ਰਿਹਾ ਗਾ ਪੂਰੀ ਜਦੋਂ ਜਹਿਦ ਹੋ ਰਹੀ ਹੈ, ਗੱਲ ਹੋ ਰਹੀ ਹੈ ਕਹਿੰਦੇ ਵੀ ਬਣਦੇ ਕਿੰਨੇ ਬੰਦੇ, ਇੰਨੇ ਜਣੇ ਖੜੇ ਆ ਮੱਝ ਲੈਣ ਨੂੰ, ਤਾਂ ਧੰਨਵਾਦ ਆ ਬਸ। ਐਂਡ ਦੇ ਵਿੱਚ ਅਸੀਂ ਲਾਈਵ ਦਾ ਅੰਤ ਕਰ ਦਿਆਂਗੇ, ਜਿਹੜੇ ਭਰਾ ਸਾਡੇ ਨਾਲ ਜੁੜਦੇ ਆ ਸਪੋਰਟ ਕਰਦੇ ਆ, ਧੰਨਵਾਦ ਦਾ ਬਹੁਤ ਬਹੁਤ।